ਇਹ ਦੁਨੀਆ ਬਹੁਤ ਰਹੱਸਮਈ ਹੈ ਇਸ ਗੱਲ ਨੂੰ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਹਰ ਕਿਸੇ ਦੇ ਮਨ ਵਿੱਚ ਇਹ ਅਹਿਸਾਸ ਹੁੰਦੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਅਲੱਗ-ਅਲੱਗ ਚੀਜ਼ਾਂ ਬਾਰੇ ਜਾਣ ਸਕੀਏ ਜਾਂ ਆਪਣੇ ਅੱਖੀਂ ਦੇਖ ਸਕੀਏ ਪਰ ਅਫਸੋਸ ਦੁਨੀਆ ਬਹੁਤ ਵੱਡੀ ਹੋਣ ਕਰਕੇ ਕਿਸੇ ਵੀ ਇਨਸਾਨ ਲਈ ਪੂਰੀ ਦੁਨੀਆ ਬਾਰੇ ਜਾਣਨਾ ਜਾਂ ਉਸ ਨੂੰ ਦੇਖਣਾ ਅਸੰਭਵ ਹੈ ਇਸ ਲਈ ਅੱਜ ਜਿਸੀ ਤੁਹਾਨੂੰ ਇਸ ਦੁਨੀਆ ਨਾਲ ਜੁੜੇ ਕੁਝ ਰਹੱਸਮਈ ਥਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਡੋਲਫਿਨ ਮੱਛਲੀ 5 ਤੋਂ 8 ਮਿੰਟ ਤੱਕ ਆਪਣੀ ਸਾਹ ਰੋਕ ਸਕਦੀ ਹੈ ਅਤੇ ਇੰਨਾ ਹੀ ਨਹੀਂ ਇਹ ਮੱਛਲੀ ਆਪਣੇ ਇੱਕ ਅੱਖ ਖੁੱਲੀ ਰੱਖ ਕੇ ਵੀ ਸੌ ਸਕਦੀ ਹੈ ਸ਼ੁਤਰਮੁਰਗ ਦੀਆਂ ਅੱਖਾਂ ਉਸਦੇ ਦਿਮਾਗ ਤੋਂ ਵੱਡੀਆਂ ਹੁੰਦੀਆਂ ਹਨ ਇਹ ਦੁਨੀਆ ਦਾ ਸਭ ਤੋਂ ਵੱਡਾ ਪੰਛੀ ਹੈ ਸ਼ੁਤਰਮੁਰਗ ਦੀ ਦੌੜਨ ਦੀ ਗਤੀ ਲਗਭਗ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਤੀਸਰਾ ਤੇ ਆਖਰੀ ਅਥ ਇਹ ਹੈ ਕਿ ਜੇਕਰ ਕੋਕਾ ਕੋਲਾ ਦੇ ਵਿੱਚ ਰੰਗ ਨਾ ਮਿਲਾਇਆ ਜਾਵੇ ਤਾਂ ਉਸ ਦਾ ਰੰਗ ਹਰਾ ਹੋਵੇਗਾ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਜਿੰਨੇ ਲੋਕ ਹਨ ਉਹਨਾਂ ਤੋਂ ਜ਼ਿਆਦਾ ਗਿਣਤੀ ਕੁੱਤਿਆਂ ਦੀ ਹੈ ਉੱਥੇ ਲੋਕਾਂ ਨੂੰ ਮੈਟਰੋ ਵਿੱਚ ਕੁੱਤਿਆਂ ਜਾਣ ਦੀ ਮਨਾਹੀ ਨਹੀਂ ਹੈ ਸ਼ਤਰੰਜ ਦੁਨੀਆ ਦੇ ਸਭ ਤੋਂ ਜ਼ਿਆਦਾ ਦਿਮਾਗ ਦੀ ਕਸਰਤ ਕਰਨ ਵਾਲਾ ਗੇਮ ਹੈ ਸ਼ਤਰੰਜ ਦਾ ਇਨਵੈਂਸ਼ਨ ਭਾਰਤ ਵਿੱਚ ਹੋਇਆ ਸੀ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੰਗਰੇਜ਼ੀ ਵਿੱਚ 26 ਦੂਸਰੀ ਬੁੱਕ ਸ਼ਤਰੰਜ ਤੇ ਬਾਰੇ ਸੀ